ਦੋਸਤੋ ਅੱਜ ਤੁਹਾਡੇ ਸਾਹਮਣੇ ਇੱਕ ਫੇਰ ਨਿਆ ਅਪਡੇਟ ਲੈ ਕੇ ਆਏ ਹੋਇਆ ਵਾਂ ਜਿਹਦੇ ਵਿੱਚ ਭਗਵੰਤ ਮਾਨ ਜੀ ਨੇ ਤੀਜੇ ਦਿਨ ਇੱਕ ਹੋਰ ਬਹੁਤ ਹੀ ਵੱਡਾ ਐਲਾਨ ਕਰ ਦਿੱਤਾ ਜੋ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਵਾ ਤੇ ਉਹ ਖਬਰ ਤੁਹਾਨੂੰ ਮੈਂ ਸਾਰੀ ਆਪਣੀ ਵੀਡੀਓ ਵਿੱਚ ਤੁਹਾਨੂੰ ਮੈਂ ਸਾਰਾ ਸਟੈਪ ਬਾਈ ਸਟੈਪ ਸਟੈਪ ਤੁਹਾਨੂੰ ਦੱਸਾਂਗਾ ਉਹਨਾਂ ਨੇ ਕਿਹੜਾ ਵੱਡਾ ਐਲਾਨ ਕੀਤਾ ਜਿਹਦੇ ਕਰਕੇ ਮਤਲਬ ਕਿ ਕਾਫੀ ਝਟਕਾ ਲੱਗਾ ਵੇਖਣ ਨੂੰ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਡੇ ਵੀਰਪੰਡ ਪ੍ਰਾਇਡ ਚੈਨਲ ਤੇ ਫਸਟ ਟਾਈਮ ਆਏ ਹੋਏ ਆਏ ਹੋਏ ਨੇ ਜਾਂ ਸਾਨੂੰ ਦੇਖ ਰਹੇ ਆਣ ਠੀਕ ਆ ਤੇਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜੇ ਚੰਗੀ ਲੱਗੀ ਤਾਂ ਲਾਈਕ ਤਾਂ ਕਰਿਓ ਠੀਕ ਆ ਜੀ ਤੇ ਬਾਕੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਨਾ ਇਹ ਹੁੰਦਾ ਕਿ ਤੁਸੀਂ ਜਿਹੜੀ ਵੀ ਵੀਡੀਓ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਦੇ ਆ ਨਾ ਤੇ ਉਹ ਦੋਸਤੋ ਤੁਹਾਡੇ ਤੱਕ ਉਹਦਾ ਜਿਹੜਾ ਨੋਟੀਫਿਕੇਸ਼ਨ ਪਹੁੰਚ ਜਾਂਦਾ ਵਾ ਠੀਕ ਆ ਤੇ ਹੁਣ ਦੋਸਤੋ ਸਟਾਰਟ ਕਰਦੇ ਆ ਭਗਵਾਨ ਦਮਾਨ ਨੇ ਜੀਨੇ ਕਿਹੜਾ ਜਿਹੜਾ ਵੱਡਾ ਐਲਾਨ ਕੀਤਾ ਉਹਨੇ ਗੁੱਸੇ ਵਿੱਚ ਬਹੁਤ ਵੱਡਾ ਤੇ ਸਭ ਤੋਂ ਉਹਨਾਂ ਨੇ ਇਹ ਦੱਸਿਆ ਕਿ ਉਹਦੇ ਵਿੱਚ ਉਹਨਾਂ ਨੇ ਇੱਕ ਮਤਲਬ ਵੀ ਨੋਟੀਫਿਕੇਸ਼ਨ ਜਿਹੜਾ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਉਹਦੇ ਨੇ ਸਾਫ਼-ਸਾਫ਼ ਲਿਖਿਆ ਤੁਹਾਨੂੰ ਮੈਂ ਦੱਸਣਾ ਜਿਹਦੇ ਵਿੱਚ ਲਿਖਿਆ ਹੋਇਆ ਕਿ ਸਿਕਿਉਰਿਟੀ ਆਫ 122 ਫਾਰਮਰ ਮਾਈਨਸ ਐਮ ਐਲ ਏਸ ਵਿਦਡਰੌਨ ਬਿਫੋਰ ਮਾਨਸ ਟੇਕਓਵਰ ਦਾ ਪੰਜਾਬ ਪੁਲਿਸ ਹੈਜ਼ ਵਿਦਡਰੌਨ ਦਾ ਸਿਕਿਉਰਿਟੀ ਆਫ 122 ਫਾਰਮਰ ਮਿਨਿਸਟਰ ਐਂਡ ਫਾਰਮਰ ਐਮ ਐਲ ਏ ਆਫ ਦਾ ਸਟੇਟ ਬਿਫੋਰ ਦਾ ਨੈਕਸਟ ਚੀਫ ਮਿਨਿਸਟਰ ਆਫ ਪੰਜਾਬ ਭਗਵੰਤ ਮਾਨ ਟੇਕਸ ਓਵਰ it also includes some newly elected mla this order have been issued by adgp security ਕਿਉਂਕਿ ਇਹਦੇ ਵਿੱਚ ਭਗਵੰਤ ਮਾਨ ਜੀ ਨੇ ਸਾਫ਼-ਸਾਫ਼ ਮਤਲਬ ਵੀ ਇਹ ਐਲਾਨ ਕਰ ਦਿੱਤਾ ਕਿ ਉਹਦੇ ਵਿੱਚ ਜਿਹੜੇ ਵੀ ਮਤਲਬ ਵੀ 122 ਜਿਹੜੇ ਫਾਰਮਰ ਜਿਹੜੇ ਮਿਨਿਸਟਰ ਨੇ ਜਿਹੜੇ ਪਹਿਲਾਂ ਸਾਡੇ ਮੰਤਰੀ ਨੇ ਜਾਂ ਸਾਬਕਾ ਮੰਤਰੀ ਨੇ ਜਾਂ ਸਾਬਕਾ ਐਮਐਲਏ ਨੇ ਠੀਕ ਆ ਜੀ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਪੁਲਿਸ ਸਿਕਿਉਰਿਟੀ ਉਹ ਨਹੀਂ ਦਿੱਤੀ ਜਾਏਗੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਨਾ ਉਹ ਮਤਲਬ ਹੁਣ ਖਤਮ ਕਰ ਦਿੱਤੀ ਜਾਏਗੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਤਲਬ ਜਿ ਸਕਿਉਰਟੀ ਜਿੱਦਾਂ ਆਪਾਂ ਹੈ ਨਾ ਪੁਲਿਸ ਵਗੈਰਾ ਸਕਿਉਰਟੀ ਸਕਿਉਰਟੀ ਵਾਸਤੇ ਸਕਿਉਰਟੀ ਵਾਸਤੇ ਉਹਨਾਂ ਦੇ ਹੁਣ ਦੇ ਘਰੇ ਜਾ ਕੇ ਧਿਆਨ ਆ ਜਾਣਾ ਹੋਵੇ ਠੀਕ ਆ ਇਹਨਾਂ ਨੇ ਉਹ ਮਤਲਬ ਜਿਹੜੀ ਸਕਿਉਰਟੀ ਨਾਲ ਇਹ ਉਹਨਾਂ ਨੇ ਮਤਲਬ ਕਿ ਹੁਣ ਬੰਦ ਕਰ ਦਿੱਤੀ ਕਿਸੇ ਤਰ੍ਹਾਂ ਦੀ ਸਕਿਉਰਟੀ ਨਹੀਂ ਦਿੱਤੀ ਜਾਏਗੀ ਭਗਵੰਤ ਮਾਨ ਵੀ ਦੋਸਤੋ ਇਹ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ ਇਤਿਹਾਸੀ ਇਤਿਹਾਸ ਦੇ ਵਿੱਚ ਮਤਲਬ ਕਿ ਪਹਿਲੀ ਵਾਰੀ ਹੋਣ ਜਾ ਰਿਹਾ ਜਿਹੜੇ ਕਿ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਮਤਲਬ ਕਹ ਲਓ ਨਿਰਣੇ ਵੀ ਬਹੁਤ ਵਧੀਆ ਲਿਆਵਾ ਉਹਨਾਂ ਨੇ ਚਲੋ ਤੇ ਬਾਕੀ ਦੋਸਤੋ ਇਹ ਹੀ ਜਿਹੜੀ ਅੱਜ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਸੋਚਿਆ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਅਸੀਂ ਇਹ ਖਬਰ ਨੂੰ ਅਪਲੋਡ ਕਰੀਏ ਤਾਂ ਕਿ ਜਿਹੜੇ ਵੀ ਸਾਡੇ ਵਿਊਅਰ ਨੇ ਜਿਹੜੇ ਸਾਨੂੰ ਦੇਖਦੇ ਪਏ ਆ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਅਸੀਂ ਸੋਚਿਆ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਤੱਕ ਇਹ ਖਬਰ ਪਹੁੰਚਾਈਏ ਠੀਕ ਆ ਜੀ ਤੇ ਬਾਕੀ ਦੋਸਤੋ ਇਸੇ ਹੀ ਤਰ੍ਹਾਂ ਦੀਆਂ ਹੋਰ ਤਾਰੀਆਂ ਸਭ ਤੋਂ ਪਹਿਲਾਂ ਜਿਹੜੀਆਂ ਲੇਟਸ ਖਬਰ ਸਾਡੇ ਚੈਨਲ ਤੇ ਵੇਖ ਲਈਂ ਥੱਲੇ ਸਾਡੇ ਚੈਨਲ ਨੂੰ ਸ ਤੇ ਜੇ ਚੰਗੀ ਲੱਗਦੀ ਸਾਡੀ ਵੀਡੀਓ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਬਾਕੀ ਦੋਸਤੋ ਐਸੀ ਹੀ ਤਰ੍ਹਾਂ ਦੀਆਂ ਜਿਹੜੀਆਂ ਹੋਰ ਵੀਡੀਓ ਜਿਹੜੀਆਂ ਲੇਟੈਸਟ ਅਪਡੇਟ ਜਿਹੜੀਆਂ ਹੋਰ ਆਉਣ ਵਾਲੇ ਦਿਨਾਂ ਜਿਹੜੀਆਂ ਆਉਂਦੀਆਂ ਜਿਹੜੇ ਭਗਵੰਤ ਮਾਨ ਜੀ ਜਿਹੜੇ ਵੀ ਲੇਟੈਸਟ ਐਲਾਨ ਕਰਦੇ ਆ ਉਹ ਵੀ ਅਸੀਂ ਐਸੀ ਤਰ੍ਹਾਂ ਆਪਣੇ ਚੈਨਲ ਤੇ ਅਸੀਂ ਵੀਡੀਓ ਅਪਲੋਡ ਕਰਦੇ ਹੀ ਰਵਾਂਗੇ ਤੇ ਬਾਕੀ ਦੋਸਤੋ ਹੁਣ ਸਾਨੂੰ ਇਜਾਜ਼ਤੋ ਅਸੀਂ ਨੈਕਸਟ